ਜੋਗੀ ਕਹਿੰਦਾ ਆ ਕਿ ਜਿਹੜੇ ਰਾਜਪੂਤ ਹੁੰਦੇ ਆ ਉਹਨਾਂ ਦੇ ਖੂਨ ਜਿਹੜੇ ਉਹ ਗਰਮ ਹੁੰਦੇ ਆ। ਮੈਂ ਕਹਿੰਦਾ ਇਸ ਚੈਨਲ ਦੇ ਮਾਧਿਅਮ ਤੋਂ ਸਾਡਾ ਮੂੰਹ ਤੇ ਹੀ ਇੰਨਾ ਗਰਮ ਆ, ਜੇ ਕਰ ਦਈਏ ਨਾ ਸਾਰੇ ਰੁੜ ਜਾਣਗੇ। ਇਹ ਗੰਦੀ ਸਰਕਾਰ ਕਹਿੰਦੀ ਸੀ ਬੇਟੀ ਬਚਾਓ ਤੇ ਬੇਟੀ ਪੜ੍ਹਾਓ, ਇਹਦਾ ਮਤਲਬ ਬੇਟੀ ਬਚਾਓ ਇਹਨਾਂ ਦੇ ਹਵਾਲੇ ਕਰਾਓ। ਮੋਦੀ ਜੋਗੀ ਮੁਰਦਾਬਾਦ, 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 ਮੋਦੀ ਜੋਗੀ ਹੋਸ਼ ਤੇ ਆਓ, ਹੋਸ਼ ਤੇ ਆਓ, ਹੋਸ਼ ਤੇ ਆਓ, ਕੁੱਤੀ ਦਾ ਸਰਕਾਰ, ਮੁਰਦਾਬਾਦ, ਮੋਦੀ ਸਰਕਾਰ, ਮੁਰਦਾਬਾਦ, ਜੋ ਫਾਂਸੀ ਹਾਰੇ। ਨਮਸਕਾਰ, ਆਪ ਦੇਖ ਰਹੇ ਹੈ ਸੁਪਰ ਨਿਊਜ਼ 24/7। ਪੂਰੇ ਦੇਸ਼ ਮੇ ਹਾਥਰਸ ਰੇਪ ਕੇਸ ਕੇ ਮੁਜਰਿਮੋ ਕੋ फांसी की सजा हो इसलिए प्रदर्शन जारी है। लोगों में भारी रोष है और उत्तर प्रदेश सरकार के प्रति लोगों में भरपूर गुस्सा है। आपको खबर दिखा रहे हैं होशियारपुर से, जहां आज गुरु रविदास टाइगर फोर्स की तरफ से मांग की गई कि मनीषा के बलात्कारियों और हत्यारों को फांसी की सजा मिले, और अगर यूपी सरकार ऐसा नहीं करती है तो पंजाब के नौजवान और सब दलित समुदाय यूपी के लिए रवाना होंगे और खुद उन हत्यारों का फैसला करेंगे। आइए देखते हैं सहयोगी नीतीश कुमार के साथ सुपर न्यूज 24/7 होशियारपुर से राज थापर की रिपोर्ट। ਭਾਜੀ, ਅੱਜ ਦਾ ਸੰਘਰਸ਼ ਜਿਹੜਾ ਸਾਡੇ ਸਮਾਜ ਦੇ ਉੱਤੇ ਜ਼ੁਲਮ ਅਤਿਆਚਾਰ ਦਿਨ ਪਰ ਦਿਨ ਵੱਧਦੇ ਜਾ ਰਹੇ ਆ। ਮੋਦੀ ਜੋਗੀ ਸਰਕਾਰ ਜਿਹੜੀ ਧੱਕੇਸ਼ਾਹੀ ਕਰ ਰਹੀ ਆ, ਬੜੇ ਬੜੇ ਕਾਨੂੰਨ ਬਣਾ ਰਹੀ ਆ, ਕਦੀ ਕਿਸਾਨਾਂ ਦੇ ਵਿਰੁੱਧ ਬਣਾ ਰਹੀ ਆ, ਕਦੀ ਦਲਿਤਾਂ ਦੇ ਵਿਰੁੱਧ ਬਣਾ ਰਹੀ ਆ। ਕੀ ਜਿਹੜੇ ਬਲਾਤਕਾਰ ਹੁੰਦੇ ਆ ਉਹਨਾਂ ਦੇ ਵਿਰੁੱਧ ਨਹੀਂ ਇੱਕ ਕਾਨੂੰਨ ਬਣ ਸਕਦਾ? ਜਿਹੜੇ ਬਾਹਰਲੀਆਂ ਕੰਟਰੀਆਂ ਵਿੱਚ ਕਿਉਂ ਨਹੀਂ ਇੱਦਾਂ ਦੇ ਕੰਮ ਹੁੰਦੇ? ਇਸ ਲਈ ਨਹੀਂ ਹੁੰਦੇ ਕਿਉਂਕਿ ਔਨ ਦੀ ਸਪੋਰਟ ਉੱਤੇ ਸਜ਼ਾ ਦਿੱਤੀ ਜਾਂਦੀ ਆ। ਇੱਥੇ ਤਾਂ ਸਾਬਿਤ ਕਰਨ ਲਈ 20-20 ਸਾਲ ਲੱਗ ਜਾਂਦੇ ਆ, ਅਗਲੇ ਮਰ ਵੀ ਜਾਂਦੇ, ਇਨਸਾਫ ਫੇਰ ਨਹੀਂ ਮਿਲਦਾ। ਇੱਦਾਂ ਦੀ ਗੌਰਮੈਂਟ ਜਿਹੜੀ ਗੰਦੀ ਆ ਨਾ, ਉਹਦਾ ਸਾਨੂੰ ਕੋਈ ਜ਼ਰੂਰਤ ਨਹੀਂ। ਇਹ ਜਿੱਦਾਂ ਦੇ ਪ੍ਰਦਰਸ਼ਨ ਹੋ ਰਿਹਾ ਇਸ ਲਈ ਹੋ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੋਦੀ ਸਰਕਾਰ ਦਾ ਜਿਹੜਾ ਪੱਤਾ ਸਾਫ਼ ਹੋ ਜਾਣਾ ਆ। ਸੋ ਸਾਡੇ ਕੋਲ ਇੱਕੋ ਹੀ ਇਹ ਮਕਸਦ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਪਣੇ ਇੱਕ ਵਧੀਆ ਸਮਾਜ ਦੀ ਸਰਕਾਰ ਬਣਾਈਏ ਜੋ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਵੀ ਰਾਖੀ ਕਰੇ। ਰੋਜ਼ ਸੰਵਿਧਾਨ ਦਾ ਪੰਨਾ ਇੱਕ ਪਾੜਿਆ ਜਾਂਦਾ ਔਰ ਉਹਦੀ ਜਗ੍ਹਾ ਨਵੇਂ ਸੰਵਿਧਾਨ ਦੇ ਪੰਨੇ ਜੋੜੇ ਜਾਂਦੇ ਆ। ਕੀ ਉਹਦੇ ਵਿੱਚ ਇੱਕ ਕਾਲੇ ਕਾਨੂੰਨ ਨੂੰ ਇਹ ਕੱਟ ਕੇ ਨਵਾਂ ਸੰਵਿਧਾਨ ਦਾ ਪੰਨਾ ਜਿਹਦੇ ਵਿੱਚ ਇਸ ਕਾਨੂੰਨ ਨੂੰ ਲਿਖਿਆ ਜਾਵੇ, ਪੜ੍ਹਿਆ ਜਾਵੇ, ਉਹ ਨਹੀਂ ਲਿਖ ਸਕਦੇ? ਜਿਹਦੇ ਵਿੱਚ ਚੌਂਕ ਦੇ ਚਰਾਹੇ ਵਿੱਚ ਖੜਾ ਕਰਕੇ ਉਹਨੂੰ ਸ਼ਰੇਆਮ ਫਾਂਸੀ ਦਿੱਤੀ ਜਾਵੇ ਔਰ ਜਿਸ ਪਰਿਵਾਰ ਨੂੰ ਕੋਈ ਸ਼ਾਂਤੀ ਮਿਲੇ। ਇਹ ਮੈਂ ਬੇਨਤੀ ਕਰਦਾ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਦਾਂ ਦਾ ਕਾਨੂੰਨ ਬਣਾਇਆ ਜਾਵੇ, ਸਰਕਾਰ ਬਣਾਵੇ ਕਿ ਜਿਹੜਾ ਆਉਣ ਦੀ ਸਪੋਰਟ ਭੈਣਾਂ ਨੂੰ ਇਹ ਇਨਸਾਫ ਮਿਲ ਸਕੇ। ਜਿਹੜੇ ਲੋਕ ਆਪਣੇ ਬੱਚਿਆਂ ਨੂੰ ਛੋਟੇ ਛੋਟਿਆਂ ਨੂੰ ਪਾਲਦੇ ਆ ਇੱਥੇ ਤੱਕ ਲਿਆਉਂਦੇ ਆ ਕਿ ਇੱਦਾਂ ਦੇ ਆਪਸੀਆਂ ਦੇ ਹਵਾਲੇ ਪੜਾਉਣ ਲਈ? ਇਹ ਗੰਦੀ ਸਰਕਾਰ ਕਹਿੰਦੀ ਸੀ ਬੇਟੀ ਬਚਾਓ ਤੇ ਬੇਟੀ ਪੜ੍ਹਾਓ, ਇਹਦਾ ਮਤਲਬ ਬੇਟੀ ਬਚਾਓ ਇਹਨਾਂ ਦੇ ਹਵਾਲੇ ਕਰਾਓ। ਇਹ ਸਰਕਾਰ ਇਹੀ ਚਾਹੁੰਦੀ ਆ। ਇੱਕ ਜੋਗੀ ਕਹਿੰਦਾ ਆ ਕਿ ਜਿਹੜੇ ਰਾਜਪੂਤ ਹੁੰਦੇ ਆ ਉਹਨਾਂ ਦੇ ਖੂਨ ਜਿਹੜੇ ਉਹ ਗਰਮ ਹੁੰਦੇ ਆ। ਮੈਂ ਕਹਿੰਦਾ ਇਸ ਚੈਨਲ ਦੇ ਮਾਧਿਅਮ ਤੋਂ ਸਾਡਾ ਮੂੰਹ ਤੇ ਹੀ ਇੰਨਾ ਗਰਮ ਆ, ਜੇ ਕਰ ਦਈਏ ਨਾ ਸਾਰੇ ਰੁੜ ਜਾਣਗੇ, ਪਿਘਲ ਜਾਣਗੇ। ਜੇ ਹੁਣ ਦੀ ਸਰਕਾਰ ਇਹ ਹਲੇ ਤੱਕ ਵੀ ਨਹੀਂ ਸਿੱਖੂਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀਆਂ ਨਸਲਾਂ ਵੀ ਖਤਮ ਹੋ ਜਾਣਗੀਆਂ। ਜੈ ਭੀਮ, ਜੈ ਭਾਰਤ। ਹੁਸ਼ਿਆਰਪੁਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਟੈਸਟ ਕੀਤਾ ਜਾ ਰਿਹਾ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਯੂਪੀ ਦੇ ਵਿੱਚ ਬਹੁਤ ਹੀ ਇੱਕ ਜਿਹੜੀ ਆ ਮੰਦਭਾਗੀ ਘਟਨਾ, ਇਹਨਾਂ ਨਕੰਮੀਆਂ ਸਰਕਾਰਾਂ ਦੇ ਕਾਰਜਕਾਲ ਕਰਕੇ, ਗੰਦੇ ਕਾਰਜਕਾਲ ਕਰਕੇ ਜਿਹੜਾ ਆ ਉਹ ਵਾਪਰਿਆ। ਸੋ ਉਹਨਾਂ ਨੇ ਇੱਕ ਚਾਲ ਖੇਲੀ ਸੀਗੀ ਕਿ ਇਸ ਧੀ ਦੇ ਨਾਲ, ਕਿਉਂਕਿ ਇਸ ਤੋਂ ਪਹਿਲਾਂ ਵੀ ਬਲਾਤਕਾਰ ਤਾਂ ਹੋਏ ਆ, ਲੇਕਿਨ ਉਹਨਾਂ ਨੂੰ ਦੇਸ਼ ਦੀ ਬੇਟੀ ਦਾ ਨਾਮ ਦਿੱਤਾ ਗਿਆ। ਇਸ ਵਾਰ ਮਨੀਸ਼ਾ ਬਾਲਮੀਕੀ ਇਸ ਕਰਕੇ ਨਾਮ ਦੇ ਨਾਲ ਜੋੜਿਆ ਗਿਆ ਤਾਂ ਕਿ ਜਿਹੜੇ ਆ ਅਦਰ ਕਮਿਊਨਿਟੀਆਂ ਦੇ ਲੋਕ ਆ ਉਹ ਇਸ ਸੰਘਰਸ਼ ਦੇ ਵਿੱਚ ਇਨਸਾਫ ਲਈ ਨਾ ਆਉਣ। ਲੇਕਿਨ ਜਿਹੜਾ ਅੱਜ ਦਾ ਜਿਹੜਾ ਯੁਵਾ ਪੀੜ੍ਹੀ ਆ ਉਹ ਸਮਝ ਗਈ ਆ, ਉਹਨੂੰ ਸਮਝ ਆ ਚੁੱਕੀ ਆ। ਸਾਡੇ ਨਾਲ ਇੱਥੇ ਇਕੱਲਾ ਦਲਿਤ ਭਾਈਚਾਰਾ ਨਹੀਂ, ਪੂਰਾ ਬਹੁਜਨ ਸਮਾਜ ਜਿਹਦੇ ਵਿੱਚ ਜੱਟ ਭਾਈਚਾਰਾ ਵੀ ਸਾਡੇ ਨਾਲ ਖੜ੍ਹਾ ਆ, ਕਾਫੀ ਕਮਿਊਨਿਟੀਆਂ ਜਿਹੜੀਆਂ ਆ ਕ੍ਰਿਸਚਨ ਭਾਈਚਾਰਾ, ਮੁਸਲਿਮ ਭਾਈਚਾਰਾ ਉਹ ਇਸ ਮੂਵਮੈਂਟ ਦੇ ਵਿੱਚ ਸ਼ਾਮਿਲ ਆ। ਸੋ ਅਸੀਂ ਯੂਪੀ ਸਰਕਾਰ ਨੂੰ ਔਰ ਬੀਜੇਪੀ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ। ਜੇਕਰ ਉਹਨਾਂ ਨੂੰ ਇਹ ਜਲਦੀ ਫਾਂਸੀ ਨਹੀਂ ਦਿੱਤੀ ਗਈ ਤਾਂ ਜਿਹੜਾ ਪੰਜਾਬ ਦਾ ਸਾਡਾ ਨੌਜਵਾਨ ਵਰਗ ਆ, ਗੁਰੂ ਰਵਿਦਾਸ ਟਾਈਗਰ ਫੋਰਸ, ਬਾਕੀ ਜਿਹੜੀਆਂ ਜਥੇਬੰਦੀਆਂ, ਉਹਨਾਂ ਵੱਲੋਂ ਅਸੀਂ ਫਿਰ ਯੂਪੀ ਨੂੰ ਕੂਚ ਕਰਾਂਗੇ ਅਤੇ ਜਿਸ ਦੀ ਫਿਰ ਜੋ ਵੀ ਨੁਕਸਾਨ ਹੁੰਦਾ, ਜੋ ਵੀ ਹੁੰਦਾ, ਉਸ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਫਿਰ ਸ਼ਾਸਨ ਪ੍ਰਸ਼ਾਸਨ ਦੀ ਹੋਊਗੀ, ਯੂਪੀ ਸਰਕਾਰ ਦੀ ਹੋਊਗੀ, ਸੈਂਟਰ ਸਰਕਾਰ ਦੀ ਹੋਊਗੀ। ਜੈ ਭੀਮ, ਜੈ
नहीं देखो जी आप सू कि समर्थन की लड़ नहीं क्योंकि ये लोग जो आकर्षक लोग इन्हों सिर्फ वोटा वेले जो दलित समाज चेते आ जोड़ा दलित समाज है उजागृत हो रहा ये यूथ तुम जो देख रहे हैं इन्हों पता लग रहा है कि ये जड़िया पार्टियां सिर्फ साड़ी वोट लैन आदियाँ इस इन्हों रोजी रोटी का जो धी का बेटी का किसी तरह का कोई भी फिक्र नहीं है सो साडा इन पार्टियां दे नाल कोई लेना देना नहीं कोई संबंध नहीं साडा सिर्फ से सिर्फ मिशन दे नाल संबंध आ और जिहड़ा युवा पीढ़ी आ वह हुण इस चीज़ को समझ चुकी है। जेकर जेकर सरकार ने जल्दी मनीषा दे नाल इंसाफ करते हुए उन्होंने फांसी ना दिती तो साडे गुरबदास टाइगर फोर्स और बहुत सारिया जड़िया जथेबंदियां साडे नाल अटैच हैगियां जिहदे विच साडे मुस्लिम भाईचारा क्रिश्चन फ्रंट अपने दल खालसा सिख यूथ ऑफ पंजाब काफ़ी जड़िया जथेबंदियां असी लामबंद हो चुके हैं तो पंजाब तो असी जिहड़ा यूपी नूं कूच करांगे। नारे लाए उन्होंने पाक माता की जय के नारे लाए जेडी आरएसएस नाम।